ਕਹਿੰਦੇ ਸੂਰਮੇ ਨੂੰ ਮਿਹਣਾ ਭੱਜਣਾ ਮੈਦਾਨ ਚੋਂ, ਸੂਰਮੇ ਨੂੰ ਮਿਹਣਾ ਭੱਜਣਾ ਮੈਦਾਨ ਚੋਂ, ਕਿਉਂਕਿ ਸੂਰਮੇ ਸਦਾ ਬੁਲੰਦੀਆਂ ਨੂੰ ਛੋਹਦੇ ਆ ਮਿੱਤਰੋ, ਮੈਦਾਨ ਨੂੰ ਛੱਡ ਕੇ ਜਾਂਦੇ ਨਹੀਂ ਹੁੰਦੇ। ਤੋ ਇਸ ਵਕਤ ਸੂਰਮੇ ਦੋ ਆਪਸ ਵਿੱਚ ਲੋਹਾ ਲੈਂਦੇ ਹੋਏ ਲੜਦੇ ਹੋਏ ਅੱਜ ਚੀਮਿਆਂ ਦੀ ਛਿੰਜ ਦੇ ਵਿੱਚ ਆਪਣੀ ਪੂਰੀ ਤਾਕਤ ਲਾਉਂਦੇ ਹੋਏ, ਤਾਕਤ ਦਾ ਜ਼ੋਹਰ ਵਿਖਾਉਂਦੇ ਹੋਏ ਵਾਹ ਵੀ ਵਾਹ। ਉਸ ਮੱਲ ਨੇ ਕੁਸ਼ਤੀਆਂ ਢਾਉਣੀਆਂ ਕੀ ਜਿਹੜਾ ਘੁਲਣ ਤੋਂ ਪਹਿਲਾਂ ਹੀ ਜੀ ਛੱਡੇ, ਕਿਹਾ ਕਦੇ ਉਸਤਾਦਾਂ ਦਾ ਮੋੜੀਏ ਨਾ, ਭਾਵੇਂ ਵਿੱਚ ਖਰਾਸ ਦੇ ਪੀ ਛੱਡੇ, ਮਿਹਰਦੀਨਾ ਉਸਤਾਦਾਂ ਦੇ ਹੋਣ ਦਰਸ਼ਨ ਤੇ ਪਾਣੀ ਪੈਰਾਂ ਦਾ ਧੋ ਕੇ ਪੀ ਛੱਡੇ, ਪਾਣੀ ਪੈਰਾਂ ਦਾ ਧੋ ਕੇ ਪੀ ਛੱਡੇ। ਜਿਹੜਾ ਗੁਰੂ ਨੂੰ ਨਹੀਂ ਮੰਨਦਾ, ਉਸਤਾਦ ਕਹਿੰਦਾ ਗੁਰੂ ਨੂੰ ਤਾਂ ਮੰਨਦਾ, ਗੁਰੂ ਦੀ ਨਹੀਂ ਮੰਨਦਾ। ਪਰ ਗੁਰੂ ਦੀ ਮੰਨਣ ਵਾਲਾ ਤੇ ਗੁਰੂ ਨੂੰ ਮੰਨਣ ਵਾਲਾ ਹਮੇਸ਼ਾ ਵਿਸ਼ਵ ਜੇਤੂ ਹੁੰਦਾ। ਨੋਟ ਕਰਿਓ, ਦੋਵੇਂ ਗੱਲਾਂ ਟੈਕਨੀਕਲ ਨੇ, ਥੋੜਾ ਜਿਹਾ ਫਰਕ ਹੈ, ਬਸ ਥੋੜਾ ਜਿਹਾ ਫਰਕ ਸਮਝ ਆ ਜਾਏ। ਤੇ ਗੁਰੂ ਦੀ ਵੀ ਮੰਨੋ ਤੇ ਗੁਰੂ ਨੂੰ ਵੀ ਮੰਨੋ। ਉਸਤਾਦ ਵੱਡੇ, ਚੇਲੇ ਵੱਡੇ, ਤੇ ਗੁਰੂ ਜਿਨ੍ਹਾਂ ਦੇ ਟੱਪਲੇ ਤੇ ਚੇਲੇ ਜਾਣ ਛੜਪ, ਚੇਲੇ ਜਾਣ ਛੜਪ। ਗੁਰੂ ਬਾਹਰ ਬੈਠਾ ਖੁਸ਼ ਹੁੰਦਾ, ਇੱਧਰ ਲੰਗੋਟ ਪਕੜ ਕੇ ਆਪਣੀ ਪਕੜ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਗੌਰਵ ਕਰਦਾ ਹੋਇਆ ਤੇ ਆਪਣਾ ਬਚਾਅ ਪ੍ਰਦੀਪ ਚੀਕਾ ਕਰਦਾ ਕਿ ਪਤਾ ਹੁੰਦਾ ਕਿ ਇਹ ਜਿਹੜਾ ਦਾਅ ਹੈ ਬਾਈ, ਇਹਦਾ ਬਹੁਤ ਇਹ ਮੁਸ਼ਕਲ ਮੇਰੇ ਲਈ ਕ੍ਰੀਏਟ ਕਰ ਸਕਦਾ, ਇਸ ਲਈ ਮੈਂ ਇਹਨੂੰ ਇਹ ਧਾਰ ਮਾਰ ਨਹੀਂ ਦੇਣਾ, ਆਪਣਾ ਬਚਾਅ ਕਰਦਾ। ਹਰ ਕੋਈ ਦੂਸਰੇ ਦਾ ਪਤਾ ਹੁੰਦਾ, ਦੂਸਰੇ ਦਾ ਭੇਤ ਹੁੰਦਾ, ਜਿਵੇਂ ਤੁਹਾਨੂੰ ਗੁਆਂਢੀਆਂ ਦਾ ਭੇਤ ਹੁੰਦਾ ਕਿ ਉਹ ਕਿਹੜਾ ਜ਼ਿਆਦਾ ਲੜਦਾ, ਉਹ ਤੋਂ ਬਚਾਅ ਕਿਵੇਂ ਕਰਨਾ। ਇੱਦਾਂ ਹੀ ਬਾਈ ਪਹਿਲਵਾਨੀ ਵਿੱਚ ਇਹਨਾਂ ਨੂੰ ਇੱਕ ਦੂਜੇ ਦਾ ਪੂਰਾ ਭੇਤ ਹੁੰਦਾ। ਆ ਬਈ ਬਹੁਤ ਵਧੀਆ ਸ਼ਾਨਦਾਰ ਕੁਸ਼ਤੀ, ਲੰਗੋਟ ਇੱਕ ਵਾਰ ਮੈਦਾਨ ਚ ਦੁਬਾਰਾ ਆਓ, ਏਦਾਂ ਹੀ ਤਾਕੇ ਗਾਹ ਨੂੰ ਲੈ ਜਾਓ, ਤਾਕੇ ਗਾਹ ਨੂੰ ਲੈ ਜਾਓ, ਤੁਸੀਂ ਆਪ ਥੋੜਾ ਜਿਹਾ ਸ਼ਾਬਾਸ਼ ਅੰਦਰ ਨੂੰ ਜਾਓ ਵੀਰੇ, ਮੰਨਿਆ ਕਰੋ ਜ਼ਰੂਰ, ਮੰਨਿਆ ਜ਼ਰੂਰ ਕਰੋ, ਚੰਗੇ ਪਹਿਲਵਾਨ ਹਮੇਸ਼ਾ। ਵਾਹ ਬਈ ਵਾਹ, ਵਾਹ ਬਈ ਵਾਹ, ਗੌਰਵ ਮਾਛੀ ਵਾਲਾ ਆਪਣੀ ਪਕੜ ਫਿਰ ਦੁਬਾਰਾ ਮਜ਼ਬੂਤ ਕਰਦਾ ਹੋਇਆ, ਲਾਈਟਾਂ ਦੇ ਵਿੱਚ ਚੱਲਦੀ ਹੋਈ ਕੁਸ਼ਤੀ, ਵਾਹ ਬਈ ਵਾਹ। ਜੁਗਨੂਆਂ ਵਾਂਗੂ ਜਗਦੀਆਂ ਹੋਈਆਂ ਅੱਖਾਂ, ਜੁਗਨੂਆਂ ਵਾਂਗੂ ਜਗਦੀਆਂ ਹੋਈਆਂ ਅੱਖਾਂ, ਇੱਕ ਇੱਕ ਨਜ਼ਾਰੇ ਨੂੰ ਪਿਆਰ ਧਿਆਨ ਧਰਮਿੰਦਰ ਹਾਲ ਵਿੱਚ ਧਰਮਿੰਦਰ ਤਕੜਾ ਉਹ ਧਾਕੇ ਲਿਜਾ ਸਕਦਾ, ਵਾਹ ਬਈ ਵਾਹ, ਸ਼ਾਬਾਸ਼। ਦੋਵਾਂ ਪਹਿਲਵਾਨਾਂ ਲਈ ਵਜਾਓ ਇੱਕ ਵਾਰ ਭਰ ਕੇ ਤਾੜੀਆਂ, ਭਰ ਕੇ ਤਾੜੀਆਂ, ਥੋੜਾ ਕਰੀਏ ਕੁਸ਼ਤੀ ਨੂੰ ਗਰਮ, ਥੋੜਾ ਜੋਸ਼ ਪੈਦਾ ਕਰੀਏ, ਵਾਹ ਵੀ ਵਾਹ ਜੋਸ਼। ਉਹ ਫੇਰ ਵਾਰ ਨੂੰ, ਵਾਹ ਵੀ ਵਾਹ, ਉਹ ਨਖਰੇ ਮੇਰੀ ਸਰਕਾਰ ਦੇ, ਇਹਨੂੰ ਗੌਰਵ ਮਾਛੀ ਵੜਾ ਕਹਿੰਦੇ ਆ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾ ਨਾਲ, ਪਿੱਛੋਂ ਵਾਰ ਖੰਡੇ ਨਾਲ, ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਪਿਆਰ ਨਾਲ, ਸ਼ੌਕ ਨਾਲ, ਲਾਲਚ ਦੇ ਝੰਡੇ ਨਾਲ। ਉਹ ਜੇ ਸਵਾਦ ਆਇਆ ਇਹਦੀਆਂ ਕੁਸ਼ਤੀਆਂ ਦੇ, ਇੱਕ ਤਾੜੀ ਮਾਰਦਾ ਜਾਂਦੀ ਵਾਰ ਜ਼ੋਰਦਾਰ।